ਅੱਛਾ ਹੁੰਦਾ ਐਸੇ ਨਾ ਕਿ ਇੱਕ ਬੰਦਾ ਨਾ ਲੱਕੜਾਂ ਕੱਟਦਾ ਹੁੰਦਾ ਤੇ ਉਹ ਉਹਨੂੰ ਪਿਆਸ ਲੱਗਦੀ ਹੈ, ਖੂਹ ਦੇ ਕੋਲ ਜਾਂਦਾ ਨਾ ਤੇ ਉਹਦਾ ਕੁਹਾੜਾ ਜਿਹੜਾ ਹੁੰਦਾ ਨਾ ਖੂਹ 'ਚ ਡਿੱਗ ਪੈਂਦਾ। ਉੱਥੇ ਰੌਲਾ ਪਾਉਂਦਾ ਕਿ ਜਿੰਨ ਨਿਕਲਦਾ, ਕਹਿੰਦਾ ਯਾਰ ਕੀ ਹੋਇਆ? ਕਹਿੰਦਾ ਜੀ ਮੇਰਾ ਕੁਹਾੜਾ ਜਿੰਨਾ ਮੈਂ ਲੱਕੜਾਂ ਕੱਟਣਾ ਵਾ ਪਾਣੀ ਪੀਣ ਆਇਆ ਤੇ ਵਿੱਚ ਡਿੱਗ ਪਿਆ। ਉਹ ਕਹਿੰਦਾ ਅੱਛਾ। ਉਹ ਜਾਂਦਾ ਇੱਕ ਕੁਹਾੜਾ ਕੱਢ ਕੇ ਲਿਆਉਂਦਾ ਸੋਨੇ ਦਾ, ਕਹਿੰਦਾ ਨਹੀਂ ਇਹ ਨਹੀਂ ਮੇਰਾ। ਦੂਜੀ ਵਾਰੀ ਜਾਂਦਾ ਚਾਂਦੀ ਦਾ, ਤੀਜੀ ਵਾਰੀ ਜਾਂਦਾ ਕਾਂਸੀ ਦਾ, ਕਹਿੰਦਾ ਇਹ ਵੀ ਨਹੀਂ ਮੇਰਾ। ਚੌਥੀ ਵਾਰੀ ਉਹਦਾ ਕੁਹਾੜਾ ਮੈਟਲ ਦਾ ਕੱਢ ਕੇ ਲਿਆਉਂਦਾ ਲੋਹੇ ਦਾ, ਕਹਿੰਦਾ ਹਾਂ ਆਹ ਮੇਰਾ। ਕਹਿੰਦਾ ਤੂੰ ਬੜਾ ਇਮਾਨਦਾਰ ਹੈ, ਆਹ ਸਾਰਾ ਸੋਨਾ ਚਾਂਦੀ ਹੀਰੇ ਦਾ ਜਿੰਨਾ ਵੀ ਇਹਨੇ ਸਾਰੇ ਇਹ ਕੁਹਾੜੇ ਤੇਰੇ। ਉਹ ਬੜਾ ਖੁਸ਼ ਹੁੰਦਾ। ਥੋੜ੍ਹੀ ਦੇਰ ਬਾਅਦ ਉਹਦੀ ਬੁੱਢੀ ਜਾਂਦੀ ਹੈ, ਜਿਹੜਾ ਬੰਦਾ ਲੱਕੜਾਂ ਕੱਟ ਰਿਹਾ ਹੁੰਦਾ ਨਾ ਲੱਕੜਹਾਰਾ, ਉਹਦੀ ਬੁੱਢੀ ਪਾਣੀ ਪੀਣ ਜਾਂਦੀ, ਉਹ ਖੂਹ 'ਚ ਡਿੱਗ ਪੈਂਦੀ। ਉਹ ਫਿਰ ਜਾ ਕੇ ਰੌਲਾ ਪਾਉਂਦਾ ਮੇਰੀ ਬੁੱਢੀ ਡਿੱਗ ਪਈ ਇਹਦੇ ਵਿੱਚ। ਉਹੀ ਜਿੰਨ ਆਉਂਦਾ ਪਹਿਲੀ ਵਾਰੀ ਇੱਕ ਬੜੀ ਖੂਬਸੂਰਤ ਪਰੀ ਲੈ ਕੇ ਆਉਂਦਾ, ਕਹਿੰਦਾ ਨਹੀਂ ਇਹ ਨਹੀਂ ਮੇਰੀ ਬੀਵੀ। ਦੂਜੀ ਵਾਰੀ ਜਾਂਦਾ ਉਹ ਬੜੀ ਖੂਬਸੂਰਤ ਪਰੀ ਲੈ ਕੇ ਆਉਂਦਾ, ਕਹਿੰਦਾ ਇਹ ਵੀ ਨਹੀਂ ਮੇਰੀ। ਉਹ ਤੀਜੀ ਵਾਰੀ ਜਾਂਦਾ ਇੱਕ ਹੋਰ ਪਰੀ ਲੈ ਕੇ ਆਉਂਦਾ, ਕਹਿੰਦਾ ਆਹੋ ਹੈ ਮੇਰੀ ਬੀਵੀ। ਕਹਿੰਦਾ ਤੂੰ ਬੇਈਮਾਨ ਹੋ ਗਿਆ, ਤੂੰ ਬੇਈਮਾਨ ਹੋ ਗਿਆ। ਕਹਿੰਦਾ ਜੀ ਕਿਸ ਤਰ੍ਹਾਂ? ਕਹਿੰਦਾ ਜੀ ਦੇਖੋ ਜੀ, ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਕੁਹਾੜਾ ਸੁੱਟਿਆ ਸੀ ਵਿੱਚ, ਤੇ ਤੁਸੀਂ ਸੋਨੇ ਦਾ ਚਾਂਦੀ ਦਾ ਕਾਂਸੀ ਦਾ ਸਾਰੇ ਮੈਨੂੰ ਦੇ ਦਿੱਤੇ ਇਨਾਮ, ਤੇ ਐਂਡ ਤੇ ਤੁਸੀਂ ਮੇਰਾ ਲਿਆਂਦਾ ਸੀ, ਤੇ ਜੇ ਆਖਰ ਤੇ ਤੂੰ ਮੇਰੀ ਬੀਵੀ ਲਿਆਂਦਾ ਤੇ ਇਹ ਤਿੰਨ ਮੈਨੂੰ ਦੇ ਦਿੰਦਾ ਤੇ ਮੇਰੇ ਕੋਲ ਤੇ ਇੱਕ ਹੀ ਨਹੀਂ ਸੰਭਾਲੀ ਜਾਂਦੀ।